ਸਾਰਿਆਂ ਨੂੰ ਪਿਆਰ ਭਾਜੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਏ ਸੀ ਆਪਣੇ ਪਿੰਡ ਨਾਨਕੇ, ਜੋ ਕਿ ਖਨੋਰੀ ਦੇ ਕੋਲ ਹੈ। ਸਾਹਮਣੇ ਤੁਸੀਂ ਵੇਖ ਸਕਦੇ ਹੋ ਪਿੰਡ ਤਾਤਾ ਸਿੰਘ ਵਾਲਾ, ਜੋ ਕਿ ਆਪਣਾ ਨਾਨਕਾ ਪਿੰਡ ਹੈ। ਆਏ ਸੀ ਖੇਤ ਵਾਲ ਗੇੜਾ ਮਾਰਨ, ਅਤੇ ਆਪਣੇ ਮਾਮੇ ਦੇ ਮੁੰਡੇ ਅਤੇ ਸਾਰੇ ਕੰਮ ਕਰਨ ਲੱਗੇ ਸਨ। ਤੁਹਾਨੂੰ ਪਤਾ ਜਿਵੇਂ ਸੀਜ਼ਨ ਆਉਣ ਵਾਲਾ, ਉਹ ਆਪਣਾ ਵੱਡੇ ਮਾਮੇ ਦਾ ਮੁੰਡਾ ਲੱਗਾ ਟਿੱਲਰ ਕੱਢਣ ਖੇਤ 'ਚ। ਆ ਆਪਣੇ ਮਾਮਾ ਜੀ ਨੇ, ਇਹ ਵੀ ਜੋਰ ਜਮੈਸ਼ਾਂ ਕਰਨ ਲੱਗੇ ਨੇ ਕਈ ਦੇ ਨਾਲ। ਇਹ ਆਪਣੇ ਛੋਟੇ ਬੇਟਾ ਜੀ ਸਰਦਾਰ ਕੁਲਜੀਤ ਸਿੰਘ ਸਰਾਹ, ਵੇਖ ਸਕਦੇ ਹੋ ਤੁਸੀਂ ਕੰਮ ਕਰਨ ਦਾ ਤਰੀਕਾ। ਮੂੰਹ ਪੂਰਾ ਕਵਰ ਕੀਤਾ ਤਾਂ ਜੋ ਪਛਾਣ ਨਾ ਸਕੇ, ਅਤੇ ਕੰਮ ਪੂਰਾ ਬੰਦਾ ਦਿਲ ਜਾਨ ਪੂਰੀ ਸਭ ਕੁਛ ਲਾ ਕੇ ਕਰਦਾ, ਦਿਲੋਂ ਕੰਮ ਕਰਦਾ। ਵੇਖ ਸਕਦੇ ਤੁਸੀਂ ਕਿਵੇਂ ਕੰਮ ਨੂੰ ਪੂਰਾ ਸਮਰਪਿਤ ਹੈ। ਬਾਕੀ ਮੌਸਮ ਵੇਖ ਸਕਦੇ ਤੁਸੀਂ, ਸ਼ਾਨਦਾਰ ਮੌਸਮ ਹੋਇਆ ਪਿਆ। ਬਾਕੀ ਮੀਂਹ ਪੈਣ ਦੇ ਵੀ ਯਾਰ ਹੋਏ ਪਏ ਨੇ, ਬੱਦਲ ਪੂਰੇ ਗਣੇ ਛਾਏ ਹੋਏ ਨੇ। ਵਿਖਾਉਂਦੇ ਤਾਂ ਨੇੜੇ ਜਾ ਕੇ ਟਰੈਕਟਰ ਬੰਦਾ ਆਪਣਾ ਕਿਵੇਂ ਚਲਾਉਂਦਾ, ਕਿਉਂਕਿ ਅਮੀ ਬੇਸ਼ੀ ਤਾਂ ਨਹੀਂ ਕਿ ਨਵਾਂ ਟਰੈਕਟਰ ਲਿਆ ਇਹਨਾਂ ਨੇ, ਹਜੇ ਹੁਣੀ ਥੋੜ੍ਹਾ ਟਾਈਮ ਹੋਇਆ। ਅਤੇ ਉੱਧਰ ਆਪਣੀ ਖੜੀ ਆ ਰਾਣੀ ਸੁੰਦਰਾ ਵੀ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ। ਨਾਲੇ ਤੁਹਾਨੂੰ ਪੋਤ ਪਨੀਰੀ ਵਿਖਾਉਂਦੇ ਹਾਂ, ਸਬਜ਼ੀ ਵਿਖਾਉਂਦੇ ਹਾਂ, ਮੋਟਰ ਦਾ ਦ੍ਰਿਸ਼ ਵਿਖਾਵਾਂਗੇ, ਸਭ ਕੁਛ ਵਿਖਾਵਾਂਗੇ, ਜੁੜੇ ਰਹੋ ਵੀਡੀਓ ਦੇ ਨਾਲ। ਵੇਖੋ ਜੀ ਸਾਰਿਆਂ ਨੇ ਖੇਤ ਵਾਹ ਕੇ ਟਿੱਲਰ ਮਾਰ ਕੇ ਆਪਣੇ ਕੰਪਿਊਟਰ ਕਰਾਲ ਲਾ ਕੇ ਤਿਆਰੀ ਕੀਤੀ ਹੈ, ਅਤੇ ਮੀਂਹ ਦੀ ਵੇਟ ਕਰਦੇ ਪਏ ਨੇ। ਜਦੋਂ ਮੀਂਹ ਪਏਗਾ ਅਤੇ ਉਦੋਂ ਆਪਣਾ ਝੋਨੇ ਦਾ ਸੀਜ਼ਨ ਸਟਾਰਟ ਕਰ ਲੈਣਾ ਇਹਨਾਂ ਨੇ। ਪਨੀਰੀ ਨੇ ਤਕਰੀਬਨ ਤਿਆਰ ਹੈ, ਪੰਜਾਬ ਨਾਲ ਅੱਗੇ ਚੱਲਦੇ ਪਏ ਨੇ। ਅਤੇ ਵੇਖੋ ਕਿਵੇਂ ਮੋਟਰ ਦਾ ਨਜ਼ਾਰਾ, ਪੂਰੀ ਹਰਿਆਲੀ ਹੈ, ਸ਼ਾਨਦਾਰ, ਪੂਰਾ ਦਿਲ ਲੱਗਦਾ, ਪੂਰਾ ਵਧੀਆ, ਜਿਵੇਂ ਜਾਮਨ ਲੱਗੇ ਨੇ, ਫਲ ਪਿਆ। ਦੋ ਕੁ ਮਹੀਨੇ ਤੱਕ ਇਹਨਾਂ ਨੂੰ ਫੁੱਲ ਫਲ ਹੋ ਜਾਣਾ, ਅਤੇ ਤੁਹਾਨੂੰ ਉਹ ਵੀ ਵਿਖਾਵਾਂਗੇ। ਅਤੇ ਆਹ ਵੇਖੋ ਤੁਸੀਂ, ਆਉਂਦੇ ਨੇ ਜਿਵੇਂ ਜ਼ੋਰ ਜਵਾਨੀ ਧੰਨ ਪੱਲੇ, ਫਿਰ ਜੱਟ ਸਿੱਧਾ ਕਿਉਂ ਚੱਲੇ। ਮੁੰਡੇ ਦਾ ਜ਼ੋਰ ਵੇਖੋ ਤੁਸੀਂ, ਕਿੱਥੋਂ ਤੱਕ ਕਈ ਦਾ ਟੱਕ ਜਾਂਦਾ ਪਿਆ। ਆਹ ਹੀ ਟਾਈਮ ਹੁੰਦਾ ਕੰਮ ਕਰਨ ਦਾ, ਕਈ ਆਪਣੇ ਨੌਜਵਾਨ ਗੱਭਰੂ ਨਸ਼ਿਆਂ ਪੱਤਿਆਂ 'ਚ ਪੈ ਜਾਂਦੇ ਨੇ, ਪਰ ਆ ਇਹਦੇ ਤੋਂ ਤੁਸੀਂ ਸਿਹਤ ਲੈ ਸਕਦੇ ਹੋ। 22 ਸਾਲਾਂ ਦਾ ਨੌਜਵਾਨ ਗੱਭਰੂ ਹੈ, ਸਰੀਰ ਵੇਖੋ ਕਿਵੇਂ ਲਸ਼ ਲਸ਼ ਕਰਦਾ, ਡੋਲੇ ਫਰਕਾਂ ਮਾਰਦੇ ਪਏ ਨੇ ਪੂਰੇ, ਪਰ ਆ ਇਹ ਮੂੰਹ ਦਾ ਪੂਰਾ ਧਿਆਨ ਰੱਖਦਾ ਮੁੰਡਾ, ਮੂੰਹ 'ਤੇ ਨਹੀਂ। ਅਤੇ ਕਈ ਦਾ ਤੁਸੀਂ ਵੇਖੋ ਸਲੋ ਕਿਵੇਂ ਕਿੰਨੀ ਦੂਰ ਤੱਕ, ਘੱਟੋ ਘੱਟ 10-15 ਫੁੱਟ ਤੱਕ ਕਈ ਦਾ ਟੱਪ ਜਾਂਦਾ ਪਿਆ ਗੱਭਰੂ ਦਾ। ਖਾਧੀਆਂ ਖੁਰਾਕਾਂ ਦਾ ਇੱਥੋਂ ਹੀ ਪਤਾ ਲੱਗਦਾ, ਜਦੋਂ ਮਾਵਾਂ ਦੇ ਕਮਾਇਆ ਪੁੱਤ ਖੇਤਾਂ 'ਚ ਕੰਮ ਕਰਦੇ ਨੇ। ਵੇਖੋ ਡੋਲਾ ਵੇਖੋ ਤੁਸੀਂ, ਕਿਵੇਂ ਮੁੰਡੇ ਦਾ ਟਰਾਈ ਕਿਵੇਂ ਲਸ਼ ਲਸ਼ ਕਰਦਾ। ਅਸੀਂ ਆਉਂਦੇ ਹਾਂ ਸਾਹ ਲੈ ਲੈ, ਪਰ ਨਹੀਂ ਸਾਹ ਲੈਂਦਾ ਪਿਆ, ਆਉਂਦਾ ਨਾ ਅੱਜ ਨਾ ਛੇੜੋ ਮੈਨੂੰ, ਅੱਜ ਆਉਂਦਾ ਜਿਹੜਾ ਛੋਟੀ ਉਮਰੇ ਪੰਜੀਰੀਆਂ ਖਾਧੀਆਂ ਨੇ, ਸਾਰੇ ਦਾ ਅੱਜ ਲਾਹਾ ਮੋੜਨਾ, ਜਿਹੜੇ ਮੈਨੂੰ ਮਹਿਣੇ ਤਹਿਣੇ ਵੱਜਦੇ ਨੇ ਸਭ ਅੱਜ ਮੋੜਦੇ ਨੇ। ਵੇਖੋ ਤੁਸੀਂ, ਵੈਸੇ ਕਈ ਦਾ ਕੋਈ ਕੰਮ ਹੈ ਨਹੀਂ ਸੀ, ਵੈਸੇ ਹੀ ਆਉਂਦਾ ਸੀ ਵੀ ਅੱਜ ਗਰਮੀ ਕੱਢਣੀ ਓ ਕੱਢਣੀ ਹੈ। ਅਤੇ ਉੱਧਰ ਵੇਖੋ ਬਿਨਾਂ ਗੱਲ ਤੋਂ ਪਰਲੇ ਪਾਸੇ ਮਿੱਟੀ ਦਾ ਢੇਰ ਇਕੱਠਾ ਕਰਤਾ। ਬਾਕੀ ਜ਼ੋਰ ਦੀ ਗੱਲ ਹੈ, ਜਦੋਂ ਬੰਦੇ 'ਚ ਇੰਨਾ ਜ਼ੋਰ ਹੁੰਦਾ ਫਿਰ ਤੁਹਾਨੂੰ ਪਤਾ ਨਹੀਂ ਬੰਦਾ ਵਿਹਲਾ ਬਹਿੰਦਾ। ਅਤੇ ਇੱਧਰ ਗੁਰਦਰਸ਼ਨ ਸਿੰਘ ਹੈ, ਉੱਧਰ ਮਾਮਾ ਜੀ ਵੀ ਮੋਟਰ ਦੀ ਸਫਾਈ ਕਰਦੇ ਨੇ, ਤੁਹਾਨੂੰ ਸਾਰਾ ਕੁਛ ਵਿਖਾਵਾਂ ਕਿਵੇਂ ਮੋਟਰ ਦੀ ਸਫਾਈ ਕਰਨੀ, ਹਜੇ ਤਾਂ ਕੰਮ ਚਾਲੂ ਹੈ, ਜੁੜੇ ਰਹੋ ਵੀਡੀਓ ਦੇ ਨਾਲ। ਵੇਖੋ ਸਫਾਈ ਪੂਰੀ ਜ਼ੋਰਾਂ ਸ਼ੋਰਾਂ 'ਤੇ ਚੱਲਦੀ ਪਈ ਹੈ, ਅੱਜ ਕਹਿੰਦੇ ਨੇ ਮੋਟਰ ਦੇ ਵੱਟ ਕੱਢ ਦੇਣੇ ਨੇ ਤਾਂ ਜੋ ਅੱਗੇ ਸੀਜ਼ਨ ਆਉਣਾ। ਤੁਹਾਨੂੰ ਪਤਾ ਝੋਨੇ ਦੇ ਸੀਜ਼ਨ ਦੇ ਵਿੱਚ ਜੱਟ ਦੀ ਤਕਰੀਬਨ ਟਾਈਮ ਮੋਟਰ 'ਤੇ ਲੰਘਦਾ, ਅਤੇ ਟਾਈਮ ਵੀ ਤਾਂ ਹੀ ਫਿਰ ਕੱਢ ਕੇ ਮਜ਼ਾ ਆਉਂਦਾ ਜੇ ਮੋਟਰ 'ਤੇ ਸਫਾਈ ਹੋਵੇ। ਅਤੇ ਉਸ ਤੋਂ ਬਾਅਦ ਅੱਜ ਮਾਲੀ ਆਇਆ ਸੀ, ਉਹਨੂੰ ਗੁਲਦਸਤੇ ਔਡਰ ਕਰਤੇ ਨੇ, ਜਿਹੜੇ ਮਾਮਾ ਜੀ ਨੇ ਆਪਣੇ ਮੋਟਰ 'ਤੇ ਰੱਖਣੇ ਨੇ, ਦਰਖਤ ਲਾਉਣੇ ਨੇ, ਅੱਜ ਸਫਾਈ ਕਰਦੇ ਨੇ। ਅਤੇ ਸਵੇਰੇ ਉਹ ਵੀ ਤੁਹਾਨੂੰ ਵਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ, ਜੋ ਜੋ ਦਰਖਤ ਇਹਨਾਂ ਨੇ ਹੁਣ ਨਵੇਂ ਲਵਾਉਣੇ ਨੇ, ਹਰਿਆਲੀ ਕਰਨੀ ਹੈ, ਹਰਿਆਲੀ ਪਹਿਲਾਂ ਹੀ ਬੜੀ ਹੈ। ਬਾਕੀ ਘਾਹ ਘੂਹ ਲਵਾ ਕੇ ਆਉਂਦੇ ਨੇ, ਮੋਟਰ ਦਾ ਨਕਸ਼ਾ ਪੂਰਾ ਬਦਲਦੇ ਨੇ ਆਪਾਂ, ਤਾਂ ਜੋ ਫੁੱਲ ਦਿਲ ਲੱਗੇ। ਵੇਖੋ ਕਿਵੇਂ ਠੰਡੀ ਠੰਡੀ ਹਵਾ ਤੁਸੀਂ ਵੀਡੀਓ 'ਚ ਵੇਖ ਸਕਦੇ ਹੋ, ਮਾਣ ਤਾਂ ਨਹੀਂ ਸਕਦੇ ਪਰ ਵੇਖੋ, ਬਸ ਵੇਖ ਕੇ ਆਨੰਦ ਮਾਨੋ ਤੁਸੀਂ, ਬਹੁਤ ਹੀ ਵਧੀਆ ਮੌਸਮ ਹੈ। ਉੱਧਰ ਆਪਣਾ ਛੋਟਾ ਵੈਲੀ ਟਰੈਕਟਰ ਦੀਆਂ ਧੂੜਾਂ ਪੱਟਦਾ ਪਿਆ, ਕੱਲ੍ਹ ਕੰਪਿਊਟਰ ਕਰਾ ਲਵਾਇਆ ਸੀ ਜਦੋਂ ਮੈਂ ਆਇਆ ਸੀ, ਅਤੇ ਅੱਜ ਆਪਣਾ ਟਿੱਲਰ ਲਾ ਕੇ ਜਿਵੇਂ, ਕਿਉਂਕਿ ਹੁਣ ਜਿਹੜਾ ਟਾਈਮ ਨਾਲ ਕੰਮ ਨਿਬੜ ਜਾਵੇ ਉਹਦੇ ਵਰਗੀ ਰੀਸ ਨਹੀਂ ਹੈਗੀ। ਅਤੇ ਮਾਮਾ ਜੀ ਵੀ ਆਪਣੇ ਸਲੋ ਚਾਲ ਦੇ ਵਿੱਚ ਕਈ ਚਲਾਈ ਜਾਂਦੇ ਨੇ ਅਤੇ ਸਫਾਈ ਕਰੀ ਜਾਂਦੇ ਨੇ, ਵਿਖਾਵਾਂ ਤੁਹਾਨੂੰ ਸਾਰਾ ਕੁਛ। ਅਤੇ ਆਹ ਵਾਲਾ ਬੰਦਾ ਆਪਣਾ ਕਈ ਤੋਂ ਨਹੀਂ ਰੁਕਦਾ ਪਿਆ, ਇਹਨੂੰ ਅਸੀਂ ਆਨੇ ਸਾਹ ਲੈ ਲੈ, ਪਾਣੀ ਪੀ ਲੈ, ਹੋਰ ਵੀ ਕੋਈ ਜੇ ਇੱਛਾ ਜੂਸ ਜਸ ਪੀਣ ਦੀ, ਕੋਈ ਰੈੱਡ ਬੁੱਲ ਦੀ, ਪਰਾਂ ਦਾ ਨਾਂ ਅੱਜ ਨਾ ਛੇੜੋ ਮੈਨੂੰ। ਉਹ ਵੇਖੋ ਪਾਣੀ ਦੀ ਬੋਤਲ ਪਰਾਂ ਖਾਲੀ ਕਰਕੇ ਇਹਨੇ ਰੱਖਤੀ ਹੈ, ਪਰਾਂ ਦਾ ਹੋਰ ਨਹੀਂ। ਹੁਣ ਸਫਾਈ ਕਰਕੇ ਪੱਧਰ ਕਰਕੇ ਘਾਹ ਲਾ ਕੇ, ਅਤੇ ਉਦੋਂ ਬਾਅਦ ਰਾਤ ਦੀ ਰੋਟੀ ਖਾਣੀ ਨਹੀਂ, ਉਦੋਂ ਪਹਿਲਾਂ ਨਹੀਂ, ਅੱਜ ਖੈਰ ਨਹੀਂ। ਗੁਰਦਰਸ਼ਨ ਵੀਰ ਸੋਚਾਂ 'ਚ ਪਿਆ, ਕਰਾਂ ਅਤੇ ਕੀ ਕਰਾਂ, ਅਤੇ ਕਿਸਮਤ ਨਾਲ ਜੂਝ ਰਿਹਾ, ਕਿਸਮਤ ਨੂੰ ਰੋਂਦਾ ਕਦੀ ਕਦੀ, ਸੋਚਦਾ ਵੀ ਮੋਟਰ 'ਤੇ ਆ ਕੇ ਪੰਗਾ ਹੀ ਪਾ ਲਿਆ। ਵੇਖੋ ਜੀ ਸਪੈਸ਼ਲ ਸਬਜ਼ੀ, ਮਾਮਾ ਜੀ ਕਹਿੰਦੇ ਸਨ ਕਰਨਾਲ ਐਗਰੀਕਲਚਰ ਯੂਨੀਵਰਸਿਟੀ ਤੋਂ ਬੀਜ ਲਿਆਂਦਾ ਸੀ ਸਪੈਸ਼ਲ। ਵੇਖੋ
ਭਿੰਡੀ ਦੀ ਵੈਰਾਈਟੀ ਕਿੱਡੀ ਸ਼ਾਨਦਾਰ ਭਿੰਡੀ ਹੈ, ਇਹੋ ਜਿਹੀ ਤੁਹਾਨੂੰ ਮੰਡੀਆਂ ਦੇ ਵਿੱਚ ਨਹੀਂ ਮਿਲਦੀ। ਇੱਧਰ ਆਪਣਾ ਘੀਆ ਲੱਗਾ, ਹਜੇ ਲਾ ਲਓ ਫੁੱਟਦਾ ਪਿਆ ਫੁੱਲ ਹੈ, ਜਿਵੇਂ ਹਜੇ 10 ਕੁ ਦਿਨਾਂ ਤੱਕ ਤਿਆਰ ਹੋਏਗਾ। ਆਹ ਹੀ ਪਿੰਡਾਂ ਦੇ ਨਜ਼ਾਰੇ ਹੁੰਦੇ ਨੇ, ਖਾਣ ਪੀਣ ਨੂੰ ਵਧੀਆ ਮਿਲਦਾ, ਸ਼ਹਿਰੀ ਜ਼ਿੰਦਗੀ 'ਚ ਕੋਈ ਫਾਇਦੇ ਨਹੀਂ। ਸੋ ਆਪਣੇ ਪਿੰਡਾਂ 'ਚ ਲਓ, ਨਜ਼ਾਰੇ ਲਓ, ਸ਼ੁੱਧ ਖਾਓ, ਸ਼ੁੱਧ ਪੀਓ ਅਤੇ ਜ਼ਿੰਦਗੀ ਦਾ ਆਨੰਦ ਮਾਣੋ। ਅਤੇ ਬਾਕੀ ਤੁਹਾਨੂੰ ਹੋਰ ਵੀ ਵਿਖਾਉਂਦੇ ਹਾਂ ਮੋਟਰ ਦੇ ਉੱਤੇ, ਜਿਵੇਂ ਫਲ ਫਰੂਟਾਂ ਦੇ ਪੇਡੇ ਵਾਧੂ ਨੇ। ਆਹ ਸਾਹਮਣੇ ਆਪਣੇ ਅਮਰੂਦ ਦੀ ਵਰਾਇਟੀ ਹੈ, ਬਹੁਤ ਸ਼ਾਨਦਾਰ, ਇਹਨੂੰ ਮਿੱਠੇ ਅਮਰੂਦ ਲੱਗਦੇ ਨੇ। ਇਹ ਵੱਡਾ ਪੇਡਾ ਤੁਸੀਂ ਜਾਮਣ ਦਾ ਦੇਖ ਸਕਦੇ ਹੋ, ਇਹਨੂੰ ਵੀ ਫੁੱਲ ਫਲ ਲੱਗਾ ਹੈ ਜੇ। ਅਤੇ ਇੱਧਰ ਆਪਣੇ ਗੰਨਿਆਂ ਨੂੰ, ਚਲੋ ਥੋੜ੍ਹਾ ਜਿਹਾ ਸੋਕਾ ਪੈ ਗਿਆ, ਇਹਦਾ ਬੀਜ ਮੰਗਾਇਆ ਯੂਪੀ ਤੋਂ। ਅਤੇ ਆਹ ਆਪਣੇ ਅਨਾਰਾਂ ਦੇ ਦੋ ਪੇਡੇ ਨੇ। ਅਤੇ ਜਿਵੇਂ ਜਿਵੇਂ ਲਾ ਲਓ ਟਾਈਮ ਹੁੰਦਾ, ਉਵੇਂ ਉਵੇਂ ਇਹਨਾਂ ਨੂੰ ਫਲ ਵੀ ਲੱਗਦਾ, ਆਉਂਦੇ ਨੇ ਬਹੁਤ ਮਿੱਠੇ ਅਨਾਰ ਹੁੰਦੇ ਨੇ। ਅਤੇ ਮੱਲੋ ਜੋਰੀ ਐਵੇਂ ਆਪਣੇ ਮੋਟਰ 'ਤੇ ਹਰਿਆਲੀ ਹੋਵੇ ਤਾਂ ਬੰਦੇ ਦਾ ਦਿਲ ਕਰਦਾ ਧੱਕੇ ਨਾਲ ਖੇਤ 'ਤੇ ਆਉਣ ਨੂੰ, ਅਤੇ ਦਿਲੋਂ ਕੰਮ ਕਰਨ ਨੂੰ। ਆ ਵਿਖਾਉਂਦੇ ਤੁਹਾਨੂੰ ਜਿਹੜਾ ਇਹਨਾਂ ਨੇ ਮੋਟਰ 'ਤੇ ਜਿਵੇਂ ਆਪਣਾ ਕਮਰਾ ਪਾਇਆ, ਵਧੀਆ ਰੀਝਾਂ ਨਾਲ ਜਿਵੇਂ ਰੰਗ ਰੁੰਗ ਕਰਕੇ, ਉੱਤੇ ਆਪਣਾ ਡਾਟਾਂ ਵਾਲਾ ਲੈਂਟਰ ਪਾਇਆ, ਰੇਹ ਰੂਹ ਵਾਲਾ ਇਹਨਾਂ ਨੇ ਪਹਿਲਾਂ ਸਟੋਕ ਕਰ ਲਿਆ। ਆ ਇਹਨਾਂ ਦੇ ਆਪਣੇ ਘਰ ਦੇ ਪਿਆਜ਼ ਨੇ, ਪੂਰੇ ਵਧੀਆ ਪਿਆਜ਼ ਹੈ, ਲਾ ਲਓ ਪਨੀਰੀ ਵਧੀਆ ਵੇਖ ਸਕਦੇ ਹੋ ਤੁਸੀਂ, ਗੱਡਾ ਅੱਧੇ ਅੱਧੇ ਕਿਲੋ ਦੇ ਤਕਰੀਬਨ ਗੰਢਾ, ਵਧੀਆ ਪਨੀਰੀ ਮਿਲਦੀ ਹੈ ਇੱਥੇ ਇਹਨਾਂ ਦੇ। ਨਾਲੇ ਇੱਥੇ ਲਾ ਲਓ ਚੋਰੀ ਦਾ ਨਹੀਂ ਕੋਈ ਝੰਝਟ ਰਿਹਾ, ਗੇਟ ਲੱਗਾ, ਸਟਾਰਟਰ ਅੰਦਰ ਆ ਗਿਆ, ਕੋਈ ਦਿੱਕਤ ਪਰੇਸ਼ਾਨੀ ਨਹੀਂ ਗੀ। ਜਿਵੇਂ ਇਹਨਾਂ ਦੇ ਖੇਤ ਥੋੜ੍ਹੇ ਜਿਹੇ ਆਪਣੇ ਪਿੰਡ ਨਾਲ ਸਾਈਡ 'ਤੇ ਪੈ ਜਾਂਦੇ ਨੇ, ਸੋ ਉਸ ਹਿਸਾਬ 'ਤੇ ਇਹਨਾਂ ਨੇ ਪ੍ਰਬੰਧ ਕੀਤਾ ਪੂਰਾ ਵਧੀਆ। ਹੁਣ ਤੁਹਾਨੂੰ ਮਿਲਾਉਂਦੇ ਹਾਂ ਦਾਤੇਵਾਲ ਦੀ ਸਭ ਤੋਂ ਮਸ਼ਹੂਰ ਸ਼ਖਸੀਅਤ ਸਰਪੰਚ ਸਾਹਿਬ ਨਾਲ। ਇਹ ਦਾਤੇਵਾਲ ਦੇ ਸਰਪੰਚ ਸਾਹਿਬ ਨੇ, ਵੇਖ ਸਕਦੇ ਹੋ ਵੱਡੀਆਂ ਗੱਡੀਆਂ ਦੇ ਸ਼ੌਕੀਨ ਨੇ। ਆਹੋ ਵੇਖੋ ਤੁਸੀਂ ਜੋਸ਼ 'ਚ ਰਹਿੰਦੇ ਨੇ ਇਹ ਟਾਈਮ, ਤੋਰ ਵੇਖੋ ਨਵਾਬਾਂ ਵਾਲੀ ਤੋਰ ਹੈ ਇਹਨਾਂ ਦੀ, ਸਰੀਰ ਵੇਖੋ 50 ਸਾਲ ਉਮਰ ਹੋ ਗਏ ਪਰ ਫਿਰ ਵੀ ਫਿਟਨੈਸ ਦੇ ਪੂਰੇ ਉਹ ਨੇ, ਜਾਵਨ ਹਸਮੁੱਖ ਚਿਹਰਾ ਇਹਨਾਂ ਦਾ, ਅਤੇ ਦੂਰ ਦੂਰ ਤੱਕ ਰਾਜਨੀਤੀ 'ਚ ਅੱਜ ਕੱਲ੍ਹ ਪੈਰ ਰੱਖਦੇ ਪਏ ਨੇ। ਆਉਣ ਵਾਲੇ ਹਰਿਆਣੇ ਦੇ ਆਪ ਪਾਰਟੀ ਦੇ MLA ਨੇ ਪੂਰੇ ਜੀਂਦ ਏਰੀਏ ਦੇ, ਪਰ ਇੱਕ ਇਹਨਾਂ ਦੀ ਸਭ ਤੋਂ ਮਾੜੀ ਚੀਜ਼ ਆਉਂਦੇ, ਸਰ ਚੀਜ਼ਾਂ ਮੰਗਣ ਲੱਗ ਜਾਂਦੇ ਨੇ, ਇਹ ਆਤਾ ਪਤਾ ਨਹੀਂ ਚੱਲਣ। ਬਾਕੀ ਹੁਣ ਜਦੋਂ ਵਧਾਈਕੀ ਇਹਨਾਂ ਨੂੰ ਮਿਲੇਗੀ ਉਦੋਂ ਸ਼ਾਇਦ ਸੁਧਰ ਜੇ। ਬਾਕੀ ਹੁਣ ਵਿਖਾਵਾਂ ਤੁਹਾਨੂੰ ਅੱਗੇ ਵੀ ਇਹਨਾਂ ਦੇ, ਮਿਲਾਵਾਂਗੇ ਕੀ ਕੀਤੇ ਨੇ ਇਹਨਾਂ ਦੇ। ਆ ਪਨੀਰੀ ਆ ਮੁੱਛਲ ਦੀ ਜੀ, ਇੱਧਰ ਤਕਰੀਬਨ ਏਰੀਆ 'ਚ ਮੁੱਛਲ ਲੱਗਦੀ ਹੈ, ਪਿਛਲੀ ਵਾਰੀ ਰੇਟ ਵੀ ਚੰਗਾ ਰਿਹਾ, ਵੇਖ ਸਕਦੇ ਹੋ ਪਨੀਰੀ ਬਹੁਤ ਹੀ ਵਧੀਆ, ਤਕਰੀਬਨ ਹਫ਼ਤੇ ਕੁ ਤੱਕ ਇਹ ਲੱਗਣ ਨੂੰ ਤਿਆਰ ਹੈ, ਵੇਖ ਸਕਦੇ ਪੂਰੀ ਹਰਿਆਲੀ ਕਾਲੀ ਛਾ। ਉਸਤਾਦ ਜੀ ਲੈ ਰਹੇ ਨੇ ਟੈਸਟ ਡਰਾਈਵ ਆਪਣੀ ਗੱਡੀ ਦੀ, ਵੇਖ ਸਕਦੇ ਉਸਤਾਦ ਜੀ ਨੂੰ, ਉਸਤਾਦ ਜੀ ਨੂੰ ਗੱਡੀ ਜੱਚ ਗਈ ਹੈ, ਕਹਿੰਦੇ ਨੇ ਵਧੀਆ ਗੱਡੀ ਪਾਸ ਹੈ ਆਪਣੇ ਕਾਗਜ਼ਾਂ 'ਚ। ਅਤੇ ਅੱਗੇ ਵੀ ਕਿਸੇ ਦੋਸਤ ਮਿੱਤਰ ਨੇ ਲੈਣੀ ਹੋਵੇ ਤਾਂ ਉਸਤਾਦ ਜੀ ਤੋਂ ਤੁਸੀਂ ਸਲਾਹ ਕਰ ਸਕਦੇ ਹੋ, ਇਹਨਾਂ ਦਾ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ। ਗੱਡੀਆਂ ਦੇ ਪੂਰੇ ਮਾਹਿਰ ਨੇ, ਡੰਗਾਈ ਤੱਕ ਬਰੀਕੀ ਤੱਕ ਨਿੱਕੀ ਨਿੱਕੀ ਚੀਜ਼ ਪਰਖ ਕੇ ਬਾਅਦ 'ਚ ਤੁਹਾਨੂੰ ਸਲਾਹ ਦੇਣਗੇ। ਅਤੇ ਹੁਣ ਪੂਰਾ ਵਧੀਆ ਆਉਂਦੇ ਨੇ, ਫੀਲ ਕਰਦੀ ਹੈ ਸਭ ਕੁਛ, ਗੱਡੀ ਤਾਂ ਵਧੀਆ। ਚੱਲਿਆ ਹੁਣ ਘਰ, ਤਕਰੀਬਨ ਖੇਤਾਂ ਦਾ ਕੰਮ ਨਿਬੇੜ ਲਿਆ ਗੱਭਰੂਆਂ ਨੇ, ਅਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਉਮੀਦ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਏਗੀ, ਅਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਜੀ ਸਾਰਿਆਂ ਦਾ।